ਨਹੀਂ ਖੋਲਣ ਦੇਣਾ, ਨਹੀਂ ਖੋਲਣ ਦੇਣਾ, ਕਿਉਂ ਜੇ ਇੰਨੀ ਜ਼ਬਰਦਸਤੀ ਕੀਤੀ ਤਾਂ ਅਸੀਂ ਇੱਥੇ ਮਾਰੂਗੀਆਂ ਜਨਾਨੀਆਂ। ਪੈਸੇ ਉਹਦੇ ਵਾਪਸ ਹੋ ਗਿਆ, ਹੁਣ ਕਾਹਦਾ ਠੇਕਾ ਖੋਲਣਾ ਹੈ ਨਹੀਂ ਸਾਡੇ ਇੱਥੇ ਤਰ੍ਹਾਂ ਨੇ, ਸਾਰੀ ਇਹ ਸੜਕ ਭਰੀ ਰਹੂਗੀ, ਲੰਮੇ ਪਏ ਰਹੂਗੇ ਜੀ। ਇੱਕ ਬੋਤਲ ਦੇ ਦਿਓ, ਦੋ ਬੋਤਲਾਂ ਦੇ ਦਿਓ। ਉੱਦਾਂ ਜਾਂਦੀਆਂ ਸਵੇਰੇ, ਅਸੀਂ 4 ਵਜੇ 4:30 ਵਜੇ ਯੋਗਾ 'ਤੇ ਜਾਂਦੇ ਹਾਂ, ਅਤੇ ਕੌਣ ਜਾਊਗਾ ਜਦ ਇੱਥੇ ਠੇਕਾ ਖੁੱਲ੍ਹ ਗਿਆ, ਕੌਣ ਜਾਊਗਾ? 4 ਵਾਰੀ ਹੋ ਗਿਆ ਅਸੀਂ ਆਏ ਹਾਂ, ਪਰਸੋਂ ਮੈਂ ਇਕੱਲੀ ਆਈ ਹਾਂ, ਇੱਥੇ 10 ਬੰਦੇ ਖੜੇ ਸੀ, ਇਕੱਲੀ ਦੇ ਮਗਰ ਪੈ ਗਏ ਸੀ 10 ਬੰਦੇ। ਮੈਂ ਹੀ ਮਾਰੂੰਗੀ, ਮੈਂ ਖੁਦ ਕਹਿੰਦੀ ਹਾਂ ਮੈਂ ਹੀ ਮਾਰੂੰਗੀ। ਜਿਹਨਾਂ ਨੇ ਮੇਰੇ ਨਾਲ ਲੜਾਈ ਕੀਤੀ ਆ ਉਹਨਾਂ ਨੂੰ ਮੈਂ ਸੁੱਕਾ ਨਹੀਂ ਜਾਣ ਦੇਣਾ। ਇਹ ਦੇਖੋ, ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੇ ਵਿੱਚ, ਜਿੱਥੇ ਕਾਫੀ ਇਲਾਕਾ ਨਿਵਾਸੀ ਜਿਹੜੇ ਨੇ ਇਕੱਠੇ ਹੋਏ ਨੇ। ਆਖਰ ਮਾਮਲਾ ਕੀ ਹੈ, ਗੱਲਬਾਤ ਕਰਦੇ ਹਾਂ ਇਲਾਕਾ ਨਿਵਾਸੀਆਂ ਦੇ ਨਾਲ ਤੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬਾਈ ਜੀ, ਕੀ ਨਾਮ ਹੈ ਜੀ ਤੁਹਾਡਾ? ਬਲਜਿੰਦਰ ਸੰਧੂ ਜੀ। ਅੱਜ ਇਲਾਕਾ ਨਿਵਾਸੀ ਕਾਫੀ ਇਕੱਠੇ ਹੋਏ ਨੇ ਇਸ ਸੜਕ ਦੇ ਉੱਤੇ, ਕੀ ਮਾਮਲਾ ਕੀ ਹੈ? ਪਿਛਲੇ 3-4 ਦਿਨ ਪਹਿਲਾਂ ਇੱਥੇ ਸ਼ਰਾਬ ਦਾ ਠੇਕਾ ਖੁੱਲ੍ਹਣ ਜਾ ਰਿਹਾ ਸੀਗਾ, ਉਹਦੇ ਵਾਸਤੇ ਉਹਨਾਂ ਨੂੰ ਅਸੀਂ ਜਾ ਕੇ ਬੈਠ ਕੇ ਉਹਨਾਂ ਨੂੰ ਮਨਾ ਕੀਤਾ ਸੀਗਾ, ਚੌਂਕੀ 'ਚ ਬੈਠ ਕੇ ਰਾਜ਼ੀਨਾਮਾ ਵੀ ਹੋਇਆ। 3 ਵਾਰੀ ਕੋਸ਼ਿਸ਼ ਕੀਤੀ ਗਈ ਠੇਕਾ ਖੁੱਲ੍ਹਣ ਦੀ, ਔਰ ਅਸੀਂ ਬਿਲਕੁਲ ਉਹਨਾਂ ਨੂੰ ਮਨਾ ਕਰਦੇ, ਹੁਣ ਵੀ ਆਇਆ ਭਜਾ ਦਿੱਤੇ ਆ, ਔਰ ਕਹਿ ਦਿੱਤਾ ਠੇਕਾ ਨਹੀਂ ਖੁੱਲ੍ਹਣਾ, ਨਹੀਂ ਖੁੱਲ੍ਹਣਾ ਜੀ, ਕਿਸੇ ਕੀਮਤ ਨਹੀਂ ਖੁੱਲ੍ਹਣਾ। ਜੇ ਧੱਕੇਸ਼ਾਹੀ ਕਰਨਗੇ ਤਾਂ ਅਸੀਂ ਜ਼ਰੂਰ ਉਹਦਾ ਜਿਹੜਾ ਠੇਕਾ ਚੁੱਕ ਕੇ ਨਾਲੇ ਦੇ ਵਿੱਚ ਸੁੱਟ ਦਾਂਗੇ। ਅਤੇ ਕਿਹੜੀ ਜਗ੍ਹਾ ਕਿਹੜੀ ਪੈਂਦੀ ਹੈ ਇਹ, ਕਿਹੜਾ ਇਲਾਕਾ ਪੈਂਦਾ? ਸੰਧੂ ਨਗਰ ਵਾਰਡ ਨੰਬਰ 91 ਜੀ। ਸੋ ਬਿਨਾਂ ਪਰਮਿਸ਼ਨ ਦੇ ਠੇਕਾ ਖੋਲ੍ਹਿਆ ਜਾ ਰਿਹਾ? ਬਿਲਕੁਲ ਜੀ, ਕੋਈ ਪਰਮਿਸ਼ਨ ਨਹੀਂ ਉਹਨਾਂ ਦੇ ਕੋਲ, ਕੋਈ ਗੱਲਬਾਤ ਨਹੀਂ ਹੈ। ਥਾਣੇ ਬੈਠ ਕੇ ਉਹਨਾਂ ਰਾਜ਼ੀਨਾਮਾ ਹੋ ਗਿਆ, ਉਹਨਾਂ ਨੂੰ ਅਸੀਂ ਲਿਖ ਕੇ ਦਿੱਤਾ, ਚੌਂਕੀ ਜਗਤਪੁਰੀ ਵਿੱਚ ਬੈਠ ਕੇ ਇੰਚਾਰਜ ਸਾਹਿਬ ਦੇ ਸਾਹਮਣੇ ਗੱਲ ਹੋ ਗਈ, ਲਿਖ ਕੇ ਦੇ ਦਿੱਤਾ ਵੀ ਤੁਸੀਂ ਇਹਨਾਂ, ਉਹਨਾਂ ਨੇ ਵੀ ਸਾਡੇ ਨਾਲ ਲਿਖ ਕੇ ਰਾਜ਼ੀਨਾਮਾ ਹੋ ਗਿਆ ਵੀ ਅਸੀਂ ਠੇਕਾ ਨਹੀਂ ਖੋਲ੍ਹਾਂਗੇ। ਅੱਜ ਫਿਰ ਦੁਬਾਰਾ ਇਕੱਠੇ ਹੋ ਕੇ ਆ ਗਏ ਜੀ, ਉਹ ਦੁਬਾਰਾ ਆਉਂਦੇ ਨੇ ਬਾਰ ਬਾਰ, ਲੇਕਿਨ ਸਾਰੀ ਪਬਲਿਕ, ਸਾਰਾ ਮਹੱਲਾ, ਸਾਰਾ ਸਮਾਜ, ਬਾਬਾ ਜੀ ਸਾਡੇ ਅਕਾਲਮੰਡ ਗੁਰਦਾਸ ਸਾਹਿਬ ਦੇ ਮੁੱਖ ਸੇਵਾਦਾਰ ਨੇ ਬਾਬਾ ਸਤਨਾਮ ਸਿੰਘ ਜੀ, ਇਹਨਾਂ ਦੇ ਛਤਰ ਸ਼ਾਇਦ ਸਾਰੀ ਪਬਲਿਕ ਇਕੱਠੀ ਹੈ, ਔਰ ਸਾਰਿਆਂ ਨੇ ਰਲ ਕੇ ਅਸੀਂ ਇੱਕੋ ਡਿਸੀਜਨ ਕੀਤਾ ਵੀ ਠੇਕਾ ਨਹੀਂ ਖੁੱਲ੍ਹਣਾ ਤਾਂ ਨਹੀਂ ਖੁੱਲ੍ਹਣਾ ਜੀ। ਇਸਦੇ ਬਾਰੇ ਪੁਲਿਸ ਨੂੰ ਕੰਪਲੇਂਟ ਨਹੀਂ ਕੀਤੀ ਗਈ? ਦੁਬਾਰਾ ਜਦੋਂ ਹੁਣ ਆਏ ਸੀ ਉਹ ਲੋਕ ਠੇਕਾ ਖੋਲ੍ਹਣ ਦੇ ਲਈ, ਦੁਬਾਰਾ ਆਏ ਨੇ ਤਾਂ ਉਸ ਤੋਂ ਬਾਅਦ ਕੰਪਲੇਂਟ ਨਹੀਂ ਕੀਤੀ ਗਈ? ਨਹੀਂ, ਪੁਲਿਸ ਨੂੰ ਕਾਹਦੇ ਲਈ ਕਰਨੀ ਹੈ ਜੀ? ਐਕਸਾਈਜ਼ ਡਿਪਾਰਟਮੈਂਟ ਬੰਦ ਕਰੇਗਾ ਜੀ, ਸਾਡਾ ਹੱਕ ਹੈ, ਸਾਡਾ ਏਰੀਆ, ਅਸੀਂ ਆਪਣੇ ਏਰੀਆ ਦੇਖਣਾ, ਸਾਨੂੰ ਜਿਸ ਚੀਜ਼ ਦੀ ਲੋੜ ਹੈ ਲਵਾਂਗੇ, ਨਹੀਂ ਲੋੜ ਅਸੀਂ ਵਾਪਸ ਭੇਜ ਦਾਂ। ਗੁਰਦੁਆਰਾ ਜਿਹੜੀ ਚੀਜ਼ ਸਾਡੇ ਕੋਲ ਆ, ਸਾਨੂੰ ਨਹੀਂ ਲੋੜ ਇਹਦੀ, ਅਸੀਂ ਵਾਪਸ ਭੇਜ ਦਾਂ। ਪੁਲਿਸ ਦਾ ਕੀ ਰੋਲ ਹੈ ਇਹਦੇ ਵਿੱਚ ਜੀ? ਪੁਲਿਸ ਦਾ ਕੋਈ ਰੋਲ ਨਹੀਂ। ਹਾਂ, ਜੇ ਇੱਥੇ ਕੋਈ ਵਾਇਲੇਸ਼ਨ ਹੁੰਦੀ ਹੈ ਫਿਰ ਪੁਲਿਸ ਨੂੰ ਆਉਣ ਦਾ ਹੱਕ ਬਣਦਾ, ਨਾ ਅਸੀਂ ਕਿਸੇ ਦੇ ਵਿਰੁੱਧ ਕੋਈ ਅਪਸ਼ਬਦ ਯੂਜ਼ ਕੀਤਾ, ਨਾ ਸਾਡਾ ਕੋਈ ਲੜਾਈ ਝਗੜਾ, ਅਸੀਂ ਤਾਂ ਕੰਮ ਬੰਦ ਕਰਾਇਆ, ਉਹ ਕੰਮ ਬੰਦ ਕਰਕੇ ਚਲੇ ਗਏ ਜੀ, ਇਸ ਤੋਂ ਬਾਅਦ ਕੁਛ ਨਹੀਂ ਜੀ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਦੁਬਾਰਾ ਆਏ ਸੀ ਇਲਾਕਾ ਨਿਵਾਸੀ, ਜਿਉਂ ਇਕੱਠੇ ਹੋਏ ਤੇ ਉਸ ਤੋਂ ਬਾਅਦ ਉਹ ਇਲਾਕਾ ਨਿਵਾਸੀ ਦੇ ਇਕੱਠੇ ਹੋਣ ਤੋਂ ਬਾਅਦ ਉਹ ਆਪਣੇ ਆਪ ਹੀ ਚਲੇ ਗਏ? ਹਾਂਜੀ, ਆਰਾਮ ਨਾਲ ਚਲੇ ਗਏ ਜੀ, ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਠੇਕਾ ਨਹੀਂ ਬਣਨ ਦਿੱਤਾ, ਉਹਨਾਂ ਨੇ ਹੁਣ ਦੁਬਾਰਾ ਫਿਰ ਕਹਿ ਕੇ ਗਏ ਨੇ ਆਪਣੇ ਮਾਲਕ ਨਾਲ ਗੱਲ ਕਰਕੇ ਉੱਥੇ ਲੈ ਜਾਣਗੇ ਠੇਕਾ। ਸਾਨੂੰ ਪੂਰਨ ਉਮੀਦ ਹੈ ਵੀ ਪਬਲਿਕ ਦੇ ਅੱਗੇ ਕਦੇ ਵੀ ਦੁਨੀਆਂ ਦਾ ਕੋਈ ਬੰਦਾ ਨਾ ਖੜਾ ਹੋਇਆ, ਨਾ ਹੋ ਸਕਦਾ, ਨਾ ਕਦੇ ਹੋਣ ਦਿੱਤਾ ਜਾਊਗਾ। ਜਿੱਥੇ ਪ੍ਰਸ਼ਾਸਨ ਦੇ ਅੱਗੇ ਪਬਲਿਕ ਖੜੀ ਹੈ, ਉਹਦੇ ਅੱਗੇ ਸਾਰੇ ਲੀਡਰ ਨੇਤਾ ਸਭ ਝੁਕਦੇ ਆ, ਔਰ ਸਭ ਨੂੰ ਜਿੰਨੇ ਵੀ ਪ੍ਰਸ਼ਾਸਨ ਆ ਝੁਕਣਾ ਪੈਣਾ ਜੀ ਉਹਨਾਂ ਨੂੰ, ਔਰ ਇਹ ਠੇਕਾ ਬਿਲਕੁਲ 100% ਬੰਦ ਹੈ। ਇਸ ਰੋਡ 'ਤੇ ਅਸੀਂ ਵਾਰਨਿੰਗ ਵੀ ਕਰਦੇ ਹਾਂ ਵੀ ਕੋਈ ਵੀ ਬੰਦਾ ਠੇਕਾ ਖੋਲ੍ਹਣ ਦੀ ਹਿੰਮਤ ਨਾ ਕਰੇ, ਜੇਕਰ ਬੰਦੇ ਨੇ ਆਉਂਦਾ ਵੀ ਇੱਥੋਂ ਠੇਕਾ ਬੰਦ ਹੈ, 2 ਕਦਮ ਅੱਗੇ ਜਾ ਕੇ ਖੁੱਲ੍ਹੇਗਾ, ਨਹੀਂ ਖੁੱਲ੍ਹਣਾ ਇਸ ਰੋਡ ਦੇ ਉੱਤੇ, ਠੇਕਾ ਨਹੀਂ ਖੁੱਲ੍ਹਣਾ। ਇਹ ਬਿਲਕੁਲ ਕਲੀਅਰ ਸ਼ਬਦਾਂ 'ਚ ਹੈ, ਨਸ਼ੇ ਦੇ ਵਿਰੋਧ ਆ, ਨਸ਼ੇ ਦੇ ਵਿਰੋਧ ਹਮੇਸ਼ਾ ਹੈਗੇ ਤਾਂ ਹਮੇਸ਼ਾ ਰਹਿਣਾ ਜੀ, ਨਾ ਨਸ਼ਾ ਕਰਦੇ ਹਾਂ, ਨਾ ਕਿਸੇ ਨੂੰ ਕਰਨ ਦੇਣਾ ਜੀ। ਕੀ ਕਹਿਣਾ ਚਾਹੋ? ਕਹਿਣਾ ਚਾਹੁੰਦੇ ਹਾਂ, ਠੇਕਾ 3 ਵਾਰ ਬਣਾਉਣ ਲੱਗੇ ਆ, ਪਰਸੋਂ ਇਹਦਾ ਪਿਛਲਾ ਛੱਡ ਖੜਾ ਸੀ, ਅੱਜ ਇੱਧਰਲਾ ਖੜਾ ਹੋ ਗਿਆ, 3 ਸਾਡਾ ਖੜੀਆ ਹੋ ਗਿਆ। ਹੁਣ ਰਾਤੀ ਜੇ ਬਣਾ ਗਏ ਤਾਂ ਆਪਾਂ ਕਿੱਥੇ ਜਾਵਾਂਗੇ? ਉਹਨਾਂ ਦੀ ਏਰੀਏ ਦੇ ਵਿੱਚ 20 ਗੱਡੀਆਂ ਘੁੰਮ ਰਹੀ ਆ, 20 ਗੱਡੀਆਂ ਸਾਹਮਣੇ ਦੇਖੋ ਕਿਹੜਾ ਬੰਦਾ ਹੋਣਾ, ਬਾਬਾ ਹੀ ਨੇ। ਹੁਣ ਪਰਸੋਂ ਵੀ ਗੱਲ ਹੋਈ, ਇਹਨਾਂ ਨੇ ਇਹੀ ਕਿਹਾ ਕਿ ਚਲੋ ਆਪਾਂ ਬੈਠੇ ਹਾਂ,
ਔਰ ਨਾ ਇੱਥੇ ਕਿੱਥੇ ਆ ਰਿਹਾ, ਨਾ ਕਿਸੇ ਨੂੰ ਮਿਲ ਕੇ ਆ ਰਿਹਾ। ਪਰ ਇਹ ਕਹਿਣਾ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਉਹਨਾਂ ਨੂੰ ਇੱਕ ਵਾਰੀ ਫੋਨ ਕਰੇ, ਉਹਨਾਂ ਨੂੰ ਬੁਲਾਵੇ, ਮੀਟਿੰਗ ਕਰਾਏ। ਮਾਲਕ ਤਾਂ ਆਪ ਅੱਗੇ ਆ ਹੀ ਨਹੀਂ ਰਿਹਾ, ਉਹ ਕਹਿੰਦਾ ਮੇਰੇ ਲੁਧਿਆਣੇ 'ਚ 100 ਠੇਕੇ ਨੇ। ਜੇ 100 ਠੇਕੇ ਨੇ, ਇੱਕ ਠੇਕੇ ਨਾਲ ਉਹਨੂੰ ਕੀ ਫਰਕ ਪੈ ਰਿਹਾ? ਦੇਖੋ ਅੱਗੇ 3 ਸਕੂਲ ਹੈ, 10 ਕਲੋਨੀਆਂ ਪੈਂਦੀਆਂ, 10 ਕਲੋਨੀਆਂ ਨੇ ਇਹ ਰੋਡ ਨੂੰ ਮਿਲਦੀ ਆ, ਇੱਥੇ ਕੀ ਬਣੂਗਾ? ਇਹ ਗਲੀ 'ਚ ਮੰਦਿਰ ਹੈ, ਸਾਹਮਣੇ ਗੁਰਦੁਆਰਾ, 3 ਸਕੂਲ ਹੈ, ਸਿਵਲ ਸਿਟੀ ਦਾ ਠੇਕਾ ਹੈ। ਤੁਸੀਂ 8 ਵਜੇ ਜਾ ਕੇ ਉੱਥੇ ਹਾਲ ਦੇਖੋ ਕੀ ਹੁੰਦਾ, ਕੋਈ ਜਨਾਨੀ ਨਹੀਂ, ਕੋਈ ਬੱਚਾ ਨਹੀਂ ਉੱਥੋਂ ਲੰਘ ਪਾਉਂਦਾ। ਅਤੇ ਇੱਥੇ ਜੇ ਬਣ ਗਿਆ ਤਾਂ ਮੈਂ ਕਹਿੰਦਾ ਬੱਚਿਆਂ ਨੂੰ ਸਕੂਲ ਦੇ ਰੇਟ ਕੀ ਯਾਦ ਹੋਣੇ, ਬੋਤਲ ਦੇ ਰੇਟ ਪਹਿਲਾਂ ਯਾਦ ਹੋ ਜਾਣੇ ਆ। ਬਾਹਰ ਇਹਨਾਂ ਨੇ ਲਿਖ ਕੇ ਲਾ ਲੈਣਾ ਕਿ ਇਹ ਬੋਤਲ ਇੰਨੇ ਦੀ ਹੈ, ਬੋਤਲ ਇੰਨੇ ਦੀ ਆ। ਬੱਚੇ ਪੜ੍ਹਾਈ ਵੱਲ ਕਰ, ਹਾਂਜੀ ਆਓ ਇੱਧਰ, ਆਹੋ ਦੇਖੋ ਬੋਤਲ ਦੇ ਰੇਟ ਲਿਖ ਕੇ ਲਾਣੇ, ਬੱਚਿਆਂ ਨੇ ਪੜ੍ਹਨਾ ਕੀ ਹੈ? ਇਹ ਕੋਈ ਚੰਗੀ ਗੱਲ ਥੋੜ੍ਹਾ ਕੋਈ, ਇਹ ਤਾਂ ਕੋਈ ਚੰਗਾ ਸਕੂਲ, ਹੋਸਪਿਟਲ, ਕੁਛ ਹੋਰ ਖੋਲ੍ਹੋ। ਇੰਨੇ ਕੁਛ ਹੈਗਾ, ਸਿਰਫ ਦਾਰੂ 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 ਦੇ ਵਿੱਚ ਹੀ ਆਉਂਦੇ ਨਹੀਂ, ਆ ਕੇ ਗੱਲ ਹੀ ਨਹੀਂ ਕਰਦੇ। ਹੁਣ 3 ਦਿਨ ਹੋ ਗਏ, ਦੇਖੋ ਅੱਜ ਫਿਰ ਸ਼ੈੱਡ ਖੜ੍ਹਾ ਕਰ ਗਏ ਨੇ। ਇਹਦਾ ਜ਼ਿੰਮੇਵਾਰ ਹੁਣ ਪੁਲਿਸ ਹੈ, ਪੁਲਿਸ ਆਉਂਦੀ ਹੈ ਉਲਟਾ ਸਾਡੇ ਦੇ, ਸਾਡੇ 2-3 ਬੰਦਿਆਂ ਦੇ ਨਾਮ ਲਿਖ ਕੇ ਲੈ ਗਈ। ਤਾਂ ਹੁਣ ਸਾਡਾ ਕੀ ਕਸੂਰ ਹੈ ਇਹਦੇ 'ਚ? ਲੈ ਕੇ ਛੜਾ ਕੇ ਲਿਆਂਦਾ, ਹਾਂ ਅਤੇ ਕੀ ਕਸੂਰ ਹੈ? ਛੜਾ ਕੇ ਲੈ ਕੇ ਆਏ ਹਾਂ, ਚੱਕ ਲੈ ਗਈ ਸੀਗੀ, ਅਸੀਂ ਫਿਰ 4 ਵਜੇ ਆਏ ਹੈਗੇ ਆ, ਫਿਰ ਵੀ ਉਹਨੇ ਲਿਖ ਦਿੱਤਾ, ਮਾਲਕ ਨਾਲ ਜ਼ਮੀਨ ਵਾਲਿਆਂ ਨਾਲ ਕਹਿਤਾ ਵੀ ਨਹੀਂ ਖੋਲ੍ਹਣਾ ਹੈਗਾ, ਉਹਨੇ ਫਿਰ ਵੀ ਦੇਖ ਲਓ ਖੋਲ੍ਹ ਲਿਆ ਹੈਗਾ, ਪੁਲਿਸ ਵਾਲਿਆਂ ਨੇ ਵੀ ਕੀਤਾ, ਹੁਣ ਪਤਾ ਨਹੀਂ ਫਿਰ ਕਿਉਂ ਖੜ੍ਹਾ ਕਰ ਲਿਆ ਹੈਗਾ। ਹੁਣ ਇੱਧਰ ਸਕੂਲ ਹੈ, ਇੱਧਰ ਮੱਝ ਦਾ ਮੰਦਰ ਹੈਗਾ, ਦਿਨ ਰਾਤ ਰੋਡ ਕੋ ਜਨਰੇਟਰ ਪਿਆ ਪਿੱਛੇ, ਜਨਰੇਟਰ ਤੇ ਆਉਂਦੇ ਨੇ, ਕੰਮ ਕਰਦੇ ਨੇ, ਘੰਟਾ ਕਰਦੇ ਨੇ, ਚਲੇ ਜਾਂਦੇ ਨੇ। ਮੈਨੂੰ ਲੱਗਦਾ ਰਾਤੀ ਇਹਨਾਂ ਨੇ ਸ਼ੈੱਡ ਵੀ ਪੂਰਾ ਪਾ ਦੇਣਾ। ਇੱਕ ਵਾਰੀ ਫੋਟੋ ਦਿਖਾਓ, ਦੇਖੋ ਪੂਰਾ ਸ਼ੈੱਡ ਇਹਨਾਂ ਨੇ ਪਾਇਆ ਪਿਆ, ਕੱਲ੍ਹ ਤੱਕ ਸ਼ੈੱਡ ਵੀ ਕੰਪਲੀਟ ਹੋ ਜਾਣਾ ਇਹਨਾਂ ਦਾ। ਬਾਰਿਸ਼ 'ਚ ਕਿਹੜਾ ਠੇਕਾ ਕਹਿੰਦੇ ਇਹਨੂੰ ਗੋਦਾਮ ਬਣਾ ਦਿੰਦੇ ਆ, ਤਾਂ ਕਹਿੰਦਾ ਜਿਹੜਾ ਠੇਕਾ ਉਹਨੂੰ ਕੋ ਆਪਣੇ ਘਰੇ ਗੋਦਾਮ ਬਣਾ ਲੈ। ਜੇ ਲੁਧਿਆਣੇ 100 ਠੇਕੇ ਨੇ, 50 ਗੱਜ ਜਗ੍ਹਾ 'ਚ ਉਹਨੂੰ ਜਗ੍ਹਾ ਜ਼ਿਆਦਾ ਲੱਗ ਰਹੀ ਹੈ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਾਰ ਬਾਰ ਆਉਂਦੇ ਨੇ ਇੱਥੇ, ਬਾਰ ਬਾਰ ਆ ਕੇ ਜਿਹੜਾ ਇਸ ਨੂੰ ਦੁਬਾਰਾ ਤੋਂ ਜਿਹੜਾ ਬਣਾਇਆ ਜਾਂਦਾ ਹੈ, ਅਤੇ ਨਾਲੇ ਤਾਂ ਇਲਾਕਾ ਨਿਵਾਸੀ ਲਗਾਤਾਰ ਵਿਰੋਧ ਕਰ ਰਹੇ ਨੇ, ਤਾਂ ਵੀ ਦੁਬਾਰਾ ਆਈ ਜਾ ਰਹੇ ਨੇ। ਦੇਖੋ ਸਾਰਾ ਪ੍ਰਸ਼ਾਸਨ ਹੁਣ ਖੜਾ, ਇਹ ਸ਼ੈੱਡ ਸਰ 15 ਮਿੰਟ 'ਚ ਇਹਨੂੰ ਤਾਂ ਵੈਲਡਿੰਗ ਕਰਨਾ, ਵੈਲਡਿੰਗ ਕਰਨ ਨੂੰ ਕਿੰਨਾ ਕੁ ਟਾਈਮ ਲੱਗਦਾ? ਇਹ 4 ਦਿਨ ਹੋ ਗਏ ਵੈਲਡਿੰਗ, ਇਹ ਦੇਖੋ ਕਰਕੇ ਉਹਨਾਂ ਰਾਤੀ ਰੱਖੇ ਹੋਏ ਪਾਈਪਾਂ ਉੱਪਰ, ਫਿਰ ਇਹਨਾਂ ਨੇ ਵੈਲਡਿੰਗ ਕਰ ਦੇਣਾ। ਕਹਿਣ ਦਾ ਮਤਲਬ ਕਿ ਪ੍ਰਸ਼ਾਸਨ, ਹਰੇਕ ਬੰਦਾ ਆਪਣੇ ਕੰਮ ਕਾਰ 'ਚ ਬਿਜ਼ੀ ਹੈ, ਤਾਂ ਜਦੋਂ ਕੋਈ ਇੱਥੋਂ ਲੰਘਦਾ ਹੈ, ਦੇਖਦਾ ਹੋਵੇ, ਤਾਂ ਸਾਰੇ ਇਕੱਠੇ ਹੁੰਦੇ ਨੇ। ਜੇ ਇਕੱਠੇ ਹੋ ਜਾਣ ਤਾਂ 5-10 ਬੰਦਿਆਂ ਨੂੰ ਕੋਈ ਸਮਝਦੇ ਨਹੀਂ। ਹੁਣ ਵੀ 2 ਗੱਡੀਆਂ ਅੱਗੇ ਖੜੀਆਂ, 3 ਗੱਡੀਆਂ ਅੱਗੇ ਸੰਧੂ ਇਲੈਕਟ੍ਰੋਨਿਕ ਹੈ, ਉੱਥੇ ਬਲੈਰੋ ਗੱਡੀ ਆ ਉਹਨਾਂ ਦੀ ਆ, 3-4 ਹਰਿਆਣੇ ਦੇ ਨੰਬਰ ਹੈ, 3-4 ਆਪਣੇ PB11 ਕਿੱਥੇ ਦੇ ਨੰਬਰ ਹੈ, ਗੱਡੀਆਂ ਘੁੰਮ ਰਹੀਆਂ ਵੀ ਆ। ਆਮ ਪਬਲਿਕ ਨਾਲ ਬਾਅਦ 'ਚ ਕੀ ਹੋਊਗਾ, ਇਹ ਕਹਿਣਾ ਚਾਹੁੰਦੇ ਹਾਂ। ਕਿਹਨਾਂ ਦੀ ਜਗ੍ਹਾ ਇਹ, ਕੀ ਹੋਇਆ, ਕੀ ਹੈ ਮਾਮਲਾ, ਕੀ ਇਹ? ਸੰਧੂ ਪਰਿਵਾਰ ਦੀ ਜਗ੍ਹਾ ਸਾਰੀ, ਅਤੇ ਉਹਨਾਂ ਨਾਲ ਕਿਤੇ ਇਹਨਾਂ ਨੇ ਸੰਪਰਕ ਕੀਤਾ, ਉਹ ਐਗਰੀ ਹੋ ਗਏ, ਮੁੜ ਕੇ ਲੋਕਾਂ ਨੇ ਵਿਰੋਧ ਕੀਤਾ ਸੰਧੂ ਪਰਿਵਾਰ ਨੂੰ, ਵੀ ਬੇਨਤੀ ਕੀਤੀ ਵੀ ਤੁਸੀਂ ਇਹ ਕੰਮ ਨਾ ਕਰੋ। ਕਹਿੰਦੇ ਠੀਕ ਹੈ, ਅਸੀਂ ਇਹ ਕੰਮ ਨਹੀਂ ਕਰਦੇ। ਲੇਕਿਨ ਇਸ ਦੇ ਬਾਵਜੂਦ ਵੀ ਉਹ ਹੌਲੀ ਹੌਲੀ, 3 ਦਿਨ ਪਹਿਲੇ ਚੌਂਕੀ ਵਿੱਚ, ਪੁਲਿਸ ਚੌਂਕੀ 'ਚ ਵੀ ਜਿਹੜਾ ਹੈਗਾ ਫੈਸਲਾ ਹੋਇਆ, ਕੰਸੈਂਟ ਹੋਇਆ, ਇਹਨਾਂ ਨੇ ਉੱਥੇ ਮਨਾ ਕੀਤਾ ਹੈਗਾ, ਉਹ ਵੀ ਮੰਨ ਕੇ ਚਲੋ ਠੀਕ ਹੈ ਅਸੀਂ ਨਹੀਂ ਬਣਾਉਂਦੇ। ਮੇਰੇ ਕੋਲ ਵੀ ਗੁਰਦੁਆਰਾ ਸਾਹਿਬ ਆ ਕੇ ਉਹਨਾਂ ਨੇ ਇਤਰਾਜ਼ ਪੁੱਛਿਆ ਮੇਰਾ, ਮੈਂ ਕਹਿੰਦੀ ਲੋਕਾਂ ਦੀਆਂ ਭਾਵਨਾਵਾਂ ਨੇ, ਗੁਰਦੁਆਰਾ ਸਾਹਿਬ ਹੈ, ਸ਼ਿਵ ਮੰਦਰ ਹੈ, ਮਸਜਿਦ ਹੈ, ਅੱਗੇ 3 ਸਕੂਲ ਨੇ, ਠੀਕ ਹੈ ਜੀ, ਅਤੇ ਸਵੇਰੇ ਸਵੇਰੇ ਤੋਂ ਬੱਚੇ ਲੰਘਦੇ ਨੇ, ਅਤੇ ਠੀਕ ਹੈ, ਸਵੇਰੇ ਮੰਦਰ ਗੁਰਦੁਆਰਾ ਭਾਵੇਂ ਖੁੱਲ੍ਹੇ ਨਾ ਖੁੱਲ੍ਹੇ, ਠੀਕ ਹੈ, ਸਵੇਰੇ 4 ਵਜੇ ਖੁੱਲ੍ਹ ਜਾਂਦਾ। ਇਸ ਕਰਕੇ ਸਾਰੇ ਵਿਅਸਨ 'ਚ ਪੈ ਰਹਿੰਦੇ ਨੇ, ਸਾਡਾ ਇਤਰਾਜ਼ ਸਾਡੇ ਕੋਲ ਆ ਕੇ ਗਏ ਨੇ, ਮੰਨ ਕੇ ਗਏ ਨੇ, ਫਿਰ ਹੁਣ ਇੱਥੇ ਇਹ ਕੰਮ ਕਰੀ ਜਾਂਦੇ ਨੇ। 4 ਗੱਡੀਆਂ ਗੁੰਡਿਆਂ ਦੀਆਂ ਭਰ ਕੇ, ਉੱਪਰੇ ਬੰਦੇ ਸਾਡੀ ਸਟੇਟ ਦੇ ਬੰਦੇ ਨਹੀਂ, ਉਹਨਾਂ ਨੇ ਸ਼ਕਲਾਂ ਦੱਸਦੀਆਂ ਵੀ ਬਾਹਰੋਂ ਆਏ ਨੇ, ਉਹ ਇੱਥੇ ਖੜੀਆਂ ਸੀ, ਜਦੋਂ ਲੋਕ ਇਕੱਠੇ ਚਲੇ ਗਏ, ਹੁਣ ਉਹ ਸਾਹਮਣੇ
ਰੇਲਵੇ ਪੁਲ ਦੇ ਕੋਲ ਸੰਧੂ ਇਲੈਕਟ੍ਰੋਨਿਕਸ ਦੇ ਸਾਹਮਣੇ ਉੱਥੇ ਗੱਡੀਆਂ ਦੇ ਵਿੱਚ ਖੜ੍ਹੇ ਨੇ, ਉੱਥੇ ਬੈਠੇ ਹੋਏ ਨੇ। ਕਿਤੇ ਨਾ ਕਿਤੇ ਇਹ ਤਾਂ ਨਹੀਂ ਲੱਗਦਾ ਕਿ ਜਿਨ੍ਹਾਂ ਦੀ ਜਗ੍ਹਾ ਹੈ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਮਿਲੀ ਭਗਤ ਦੇ ਨਾਲ ਜਿਹੜਾ ਇਹ ਟੇਕਾ ਦੁਆਰ ਤੋਂ ਬੋਲ ਰਿਹਾ ਹੋਵੇ ਕਿ ਜਿਨ੍ਹਾਂ ਦੀ ਜਗ੍ਹਾ ਉਹ ਕਹਿੰਦੇ ਹੋਣਗੇ ਕਿ ਚਲੋ ਨਹੀਂ ਖੁੱਲ੍ਹਣਾ ਚਾਹੀਦਾ ਪਰ ਅੰਦਰ ਖਾਤੇ ਜਿਹੜਾ ਖੁੱਲ੍ਹਦਾ ਹੋਵੇ, ਕਿਤੇ ਇੱਦਾਂ ਤਾਂ ਨਹੀਂ ਹੈ। ਹਾਂਜੀ, ਇਹ ਤੁਹਾਡਾ ਕੁਐਸਚਨ ਜਿਹੜਾ ਜਾਇਜ਼ ਹੈਗਾ, ਲੇਕਿਨ ਉਹ ਸਰਦਾਰ ਦਿਲਬਾਗ ਸਿੰਘ ਜੀ ਖੁਦ ਇੱਥੇ ਖੜ੍ਹੇ ਨੇ ਸਾਡੇ ਨਾਲ ਪ੍ਰੋਟੈਸਟ ਵਿੱਚ ਖੜ੍ਹੇ ਨੇ ਇੱਥੇ ਹੁਣੇ, ਉਹਨਾਂ ਨੇ ਹਾਂਜੀ ਉਹਨਾਂ ਦੀ ਜਗ੍ਹਾ ਹੈਗੀ ਹੈ ਔਰ ਉਹਨਾਂ ਨੇ ਕਿਹਾ ਮੈਂ ਮਨਾ ਕਰਦਾ, ਮੈਂ ਇਲਾਕੇ ਦੇ ਨਾਲ ਮੇਰੇ ਸਾਰੇ ਭੈਣ ਭਰਾ ਇੱਥੇ ਵੱਸਦੇ ਨੇ, ਅਸੀਂ ਭਾਈ ਬੰਧੂ ਆਪਸ ਵਿੱਚ, ਅਸੀਂ ਮੈਂ ਇਲਾਕੇ ਦੀ ਭਾਵਨਾ ਦੇ ਖਿਲਾਫ ਥੋੜ੍ਹੀ ਜਿਹਾ ਕੰਮ ਕਰਾਂਗਾ। ਉਸਦੇ ਬਾਵਜੂਦ ਵੀ ਜਿਹੜਾ ਦੁਬਾਰਾ ਤੋਂ ਜਿਹੜੇ ਇਸ ਠੇਕੇ ਦੀ ਮੇਨਟੇਨੈਂਸ ਕਰਨ ਲਈ ਦੁਬਾਰਾ ਜਿਹੜਾ ਉਸਨੂੰ ਬਣਾਉਣ ਦੇ ਲਈ ਇੱਥੇ ਪਹੁੰਚ ਜਾਂਦੇ। ਦੇਖੋ ਨਾ ਜਿਵੇਂ ਉਹ ਦੱਸਦੇ ਪਏ ਸਰਦਾਰ ਜੀ ਤੁਹਾਨੂੰ ਉਹਨੇ ਦੱਸਿਆ, ਹੁਣ ਮੈਂ ਤਾਂ ਅੱਜ ਹੀ ਆਇਆ ਇੱਥੇ, ਪਹਿਲੇ ਉਹ ਇੱਕ ਸਾਈਡ ਦੀ ਦੀਵਾਰ ਖੜੀ ਸੀ ਬਿਜੀ ਕਰਕੇ, ਇੱਕ ਦੋ ਵੈਲਡਿੰਗ ਦੇ ਟੁੱਚ ਲਾਣੇ ਨੇ ਖੜਾ ਹੋ ਜਾਣਾ, ਛੱਤ ਪਾਈ ਜਾਣੀ ਟੁੱਚ ਲਾਣੇ ਖੜਾ ਹੋ ਜਾਣਾ, ਇੱਕ ਸਾਈਡ ਧੱਕਾ ਕਰਦੇ ਪਏ ਨੇ ਜ਼ਬਰਦਸਤੀ, ਕਿਉਂ ਕਰ ਰਹੇ ਨੇ ਬਈ? ਇੱਧਰ ਠੇਕੇ ਇਹਨਾਂ ਇਸ ਕੰਪਨੀ ਦੇ, ਉੱਧਰ ਠੇਕੇ ਜੱਸੀ ਵਾਲੇ ਰੋਡ 'ਤੇ ਇਹਨਾਂ ਦੇ, ਅੱਗੇ ਘੂਨੀ ਭਲਵਾਨ ਦੇ ਜਿਹੜਾ ਨਵਾਂ ਟੇਕਾ ਖੋਲ੍ਹਿਆ, ਉੱਥੇ ਸ਼ਾਮ ਨੂੰ ਤੁਸੀਂ ਜਾ ਕੇ ਦੇਖੋ ਉੱਥੇ ਲੰਘਿਆ ਨਹੀਂ ਜਾਂਦਾ, ਕੋਈ ਵਿਵਸਥਾ ਨਹੀਂ ਹੁੰਦੀ, ਠੀਕ ਹੈ ਨਾ ਜੀ? ਇੱਧਰ ਚੰਦਨਨਗਰ ਠੇਕੇ ਇਹਨਾਂ ਦੇ, ਨਾਲੇ ਦੇ ਪਰਲੇ ਪਾਸੇ ਠੇਕੇ ਇਹਨਾਂ ਦੇ, ਪਤਾ ਨਹੀਂ ਕਿੰਨੀ ਸ਼ਰਾਬ ਵੇਚਣੀ ਇਹਨਾਂ ਨੇ। ਹੋਰ ਜੀ ਸਰ, ਕੀ ਨਾਮ ਹੈ ਜੀ ਤੁਹਾਡਾ? ਦਿਲਬਾਗ ਸਿੰਘ। ਤੁਹਾਡੀ ਜਗ੍ਹਾ ਹੈ ਜੀ? ਮੇਰੇ ਫਾਦਰ ਸਾਹਿਬ ਦੇ ਨਾਮ, ਮੇਰੇ ਫਾਦਰ ਸਾਹਿਬ ਦੇ ਨਾਂ 'ਤੇ ਹੈ ਜੀ। ਹਾਂਜੀ, ਠੇਕਾ ਖੋਲ੍ਹ ਰਿਹਾ, ਵਿਰੋਧ ਵੀ ਕੀਤਾ ਜਾ ਰਿਹਾ ਇਲਾਕਾ ਨਿਵਾਸੀਆਂ ਦੇ ਵੱਲੋਂ, ਤੁਹਾਡੇ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਕਿ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈ ਠੇਕਾ ਖੋਲ੍ਹਣ ਤੋਂ? ਨਹੀਂ, ਮਹੱਲੇ ਨੂੰ ਇਤਰਾਜ਼ ਹੈ ਔਰ ਮਹਾਂਪੁਰਸ਼ਾਂ ਨੂੰ ਵੀ ਇਤਰਾਜ਼ ਹੈ, ਗੁਰਦੁਆਰਾ ਸਾਹਿਬ ਦੇ ਬਾਬਾ ਜੀ ਨੂੰ ਇਤਰਾਜ਼ ਹੈ, ਫਿਰ ਅਸੀਂ ਉਹਨਾਂ ਦੇ ਇਲਾਕੇ ਦੇ ਨਾਲ ਸਹਿਮਤ ਹਾਂ, ਇਲਾਕੇ ਤੋਂ ਬਾਹਰ ਅਸੀਂ ਕਿਵੇਂ ਜਾ ਸਕਦੇ ਹਾਂ? ਸੋ ਤੁਹਾਡੇ ਇਤਰਾਜ਼ ਦੇ ਬਾਵਜੂਦ ਵੀ ਜਿਹੜਾ ਇਹ ਠੇਕਾ ਦੁਬਾਰਾ ਤੋਂ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ? ਬਿਲਕੁਲ ਅਸੀਂ ਉਹਨਾਂ ਨੂੰ ਮਨ੍ਹਾ ਕਰਤਾ ਹੋਇਆ ਵੀ ਮਤਲਬ ਨਹੀਂ ਬਣਾਉਣਾ ਜੀ, ਉਸਦੇ ਬਾਵਜੂਦ ਬਣਾਉਣ ਦੀ ਕੋਸ਼ਿਸ਼ ਕਰਦੇ ਤਾਂ ਫਿਰ ਇਹ ਤੁਸੀਂ ਗੱਲ ਨਹੀਂ ਕੀਤੀ ਕਿ ਹੁਣ ਮੈਂ ਇੱਥੇ ਟੇਕਾ ਨਹੀਂ ਬਣਨ ਦੇਣਾ? ਕਰ ਲਈ ਹੋਈ, ਕਹਿਤਾ ਹੋਇਆ ਜੀ। ਦੁਬਾਰਾ ਫਿਰ ਉਹ ਆ ਰਹੇ ਨੇ ਅਤੇ ਆ ਕੇ ਜਿਹੜਾ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ? ਹਾਂਜੀ ਜੀ, ਇਸੇ ਤਰ੍ਹਾਂ ਜੀ। ਕੀ ਮੰਗ ਕੀ ਕਰਦੇ ਹੋ? ਮੰਗ ਕਰਦੇ ਹਾਂ ਵੀ ਅਗਰ ਮੱਲਾ ਨਹੀਂ ਚਾਹੁੰਦਾ ਤਾਂ ਇਹਨੂੰ ਰਿਮੂਵ ਕਰ ਲੈਣ, ਉਹ ਆਪਣੀ ਹੋਰ ਕੋਈ ਸਾਈਡ ਦੇਖਣ, ਵੀ ਅਸੀਂ ਇਸ ਗੱਲ ਨਾਲ ਐਗਰੀ ਨਹੀਂ ਹੈਗੀ। ਨਹੀਂ ਖੋਲ੍ਹਣ ਦੇਣਾ, ਨਹੀਂ ਖੋਲ੍ਹਣ ਦੇਣਾ, ਕਿਉਂ ਜੇ ਇੰਨੀ ਜ਼ਬਰਦਸਤੀ ਕਿੱਥੇ? ਤਾਂ ਅਸੀਂ ਇੱਥੇ ਮਰੂਗੀਆਂ ਜਨਾਨੀਆਂ, ਫਿਰ ਇਹਨੂੰ ਪਤਾ ਲੱਗੇਗਾ ਠੇਕੇ ਕਿੱਦਾਂ ਖੁੱਲ੍ਹਦੇ ਆ। ਅਸੀਂ ਠੇਕਾ ਖੁੱਲ੍ਹਣ ਹੀ ਨਹੀਂ ਦੇਣਾ, ਜੋ ਮਰਜ਼ੀ ਕਰ ਲਵੇ, ਪੈਸੇ ਉਹਦੇ ਵਾਪਸ ਹੋ ਗਿਆ, ਹੁਣ ਕਾਹਦਾ ਠੇਕਾ ਖੋਲ੍ਹਣਾ ਹੀ ਨਹੀਂ ਸਾਡੇ ਇੱਥੇ ਤਰ੍ਹਾਂ ਨੇ। ਸਾਰੀ ਇਹ ਸੜਕ ਭਰੀ ਰਹੂਗੀ, ਲੰਮੇ ਪਏ ਰਹੂਗੇ ਜੀ, ਇੱਕ ਬੋਤਲ ਦੇ ਦਿਓ, ਦੋ ਬੋਤਲਾਂ ਦੇ ਦਿਓ, ਇੱਥੇ ਕੁਛ ਹੋਣਾ ਬਾਈ, ਹਮ ਤਾਂ ਇੱਧਰ ਠੇਕਾ ਨਹੀਂ ਬਣਾਉਣਾ ਦੇਣਾ। ਬੱਚਿਆਂ 'ਤੇ ਵੀ ਬੁਰਾ ਇਹਦਾ ਪ੍ਰਭਾਵ ਪੈ ਸਕਦਾ? ਕੁੜੀਆਂ ਸਕੂਲ ਜਾਂਦੀਆਂ, ਦੋ ਸਕੂਲ ਹੈ, ਸਾਰੇ ਬੱਚੇ ਬੰਦ ਹੋ ਜਾਊਗਾ ਸਕੂਲੋਂ, ਇੱਥੇ ਸਕੂਲੇ ਜਾਣਾ ਹੀ ਨਹੀਂ ਕਿਸੇ ਨਾ ਬੱਚੇ ਨੇ, ਠੀਕ ਹੈ ਨਾ? ਬੋਲੋ ਹੋਰ ਕੀ ਬੇਟਾ, ਜਦ ਇੱਧਰੋਂ ਜਨਾਨੀਆਂ ਆਉਂਦੀਆਂ ਸੈਰ ਕਰਨ ਆਉਂਦੀਆਂ, ਉੱਦਾਂ ਜਾਂਦੀਆਂ ਸਵੇਰੇ, ਅਸੀਂ 4 ਵਜੇ 4:30 ਵਜੇ ਯੋਗਾ 'ਤੇ ਜਾਂਦੇ ਹਾਂ, ਅਤੇ ਕੌਣ ਜਾਊਗਾ? ਜਦ ਇੱਥੇ ਠੇਕਾ ਖੁੱਲ੍ਹ ਗਿਆ ਕੌਣ ਜਾਊਗਾ? ਗੁਰਦੁਆਰੇ ਵੀ ਕੋਲ ਨੇ, ਗੁਰਦੁਆਰੇ ਨਾਲ ਹੀ ਹੈ, ਗੁਰਦੁਆਰਾ ਨਾਲ ਹੀ ਹੈ, ਗੁਰਦੁਆਰਾ ਸਾਹਿਬ ਨਾਲ ਹੀ ਹੈ, ਹੈ ਤੇ ਇੱਥੇ ਕਿਆ ਕਹਿੰਦੇ ਕਿੰਨੀ ਕੁ ਦੂਰ ਹੈ ਸ਼ਰਾਬੀਆਂ ਵਾਸਤੇ, ਤਾਂ ਮਿੰਟ 'ਚ ਅਗਲਿਆਂ ਨੇ ਬੋਤਲ ਪੀਣੀ ਤੇ ਬਸ। ਅਸੀਂ 3-4 ਵਾਰੀ ਹੋ ਗਿਆ, 4 ਵਾਰੀ ਹੋ ਗਿਆ ਅਸੀਂ ਆਏ ਹਾਂ, ਪਰਸੋਂ ਮੈਂ ਇਕੱਲੀ ਆਈ ਹਾਂ, ਇੱਥੇ 10 ਬੰਦੇ ਖੜੇ ਸੀ, ਇਕੱਲੀ ਦੇ ਮਗਰ ਪੈ ਗਏ ਸੀ 10 ਬੰਦੇ, ਲੇਕਿਨ ਮੈਂ ਨਹੀਂ ਹੱਟੀ, ਮੈਂ ਕਿਹਾ ਸੀ ਮੈਂ ਇੱਥੇ ਹੀ ਮਰੂੰਗੀ। ਇਲਾਕਾ ਨਿਵਾਸੀਆਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ, ਤਾਂ ਵੀ ਦੁਬਾਰਾ ਫਿਰ ਉਹ ਆ ਕੇ ਜਿਹੜਾ ਠੇਕੇ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ? ਅਸੀਂ ਨਹੀਂ ਬਣਾਉਣ ਦੇਣਾ, ਹਮਲਾ ਵੀ ਕੀਤਾ ਗਿਆ, ਬਹੁਤ ਕੁਛ ਲੜਾਈ ਕਰਦੇ, ਇੱਥੇ 10 ਬੰਦੇ ਖੜੇ ਸੀਗੇ, ਤੇ ਮੈਂ ਇੱਧਰੋਂ ਆ ਰਹੀ ਹਾਂ ਸਕੂਲੋਂ, ਇੱਥੇ ਮੇਰੇ ਨਾਲ ਇਤਨੀ ਲੜਾਈ ਕੀਤੀ ਆ ਨਾ ਉਹਨਾਂ ਨੇ, ਤਾਂ ਅਸੀਂ ਠੇਕਾ ਬਣਾਊਗਾ ਤਾਂ ਇਹਨਾਂ ਨੂੰ ਫਸਾਉਂਗੇ ਮਰ ਕੇ।
ਮੈਂ ਹੀ ਮਾਰੂੰਗੀ, ਮੈਂ ਖੁਦ ਕਹਿੰਦੀ ਹਾਂ ਮੈਂ ਹੀ ਮਾਰੂੰਗੀ। ਜਿਹਨਾਂ ਨੇ ਮੇਰੇ ਨਾਲ ਲੜਾਈ ਕੀਤੀ ਆ ਉਹਨਾਂ ਨੂੰ ਮੈਂ ਸੁੱਕਾ ਨਹੀਂ ਜਾਣ ਦੇਣਾ। ਇਹ ਦੇਖੋ ਇਹ ਥੋੜ੍ਹੀ ਗੱਲ ਹੈਗੀ ਆ ਕਿ ਤੁਹਾਨੂੰ ਜਦ ਇੱਕ ਵਾਰੀ ਕਹਿ ਦਿੱਤਾ ਆ ਕਿ ਅਸੀਂ ਨਹੀਂ ਬਣ ਦੇਣਾ, ਨਹੀਂ ਬਣਦੇ। ਮਹੱਲੇਦਾਰੀ ਆ, ਬੱਚਿਆਂ ਵਾਲੇ ਆ, ਜਨਾਨੀਆਂ ਵਾਲੇ ਆ, ਇਹ ਸੋਚਦੇ ਹੀ ਕੁਛ ਨਹੀਂ ਹੈਗੇ। ਆ ਕੇ ਜਾਣ ਕੇ ਪੰਗਾ ਕਰੀ ਜਾਂਦੇ, ਜਾਣ ਕੇ ਪੰਗਾ ਕਰੀ ਜਾਂਦੇ, ਭਾਈ ਲੜਾਈ ਸ਼ੁਰੂ ਹੋ ਜਾਵੇ, ਕਿਆ ਕਰੀਏ ਹੁਣ? ਇਹਦੇ 'ਚ ਸਾਡਾ ਕੋਈ ਕਸੂਰ ਹੈ? ਤੈਨੂੰ ਅਸੀਂ ਚੰਗੀ ਮੱਤ ਦੇ ਰਹੇ ਹਾਂ, ਤੂੰ ਪੈਸੇ ਲਾਣੇ ਕਿਤੇ ਚੰਗੀ ਜਗ੍ਹਾ ਲਗਾ ਲੈ ਵਿਚਾਰਿਆ। ਅੱਜ ਤਾਂ ਇਹੀ ਕਹਿੰਦੇ ਠੇਕਰ ਨਹੀਂ ਖੁੱਲ੍ਹਣ ਦੇਣਾ, ਅਸੀਂ ਤਾਂ ਨਹੀਂ ਖੁੱਲ੍ਹਣ ਦੇਣਾ ਬਸ। ਕਿੰਨੇ ਨਹੀਂ ਖੁੱਲ੍ਹਣ ਦੇਣਾ, ਇੱਥੇ ਠੇਕਾ ਨਹੀਂ ਖੁੱਲ੍ਹਣ ਦੇਣਾ ਅਸੀਂ। ਹਾਂ, ਬੱਚਿਆਂ ਦੇ, ਜਨਾਨੀਆਂ, ਸਾਡੀ ਕੁੜੀਆਂ ਜਾਣਗੀਆਂ, ਜਨਾ ਸਭ ਨੇ ਨਿਕਲਣਾ ਹੈਗਾ, ਠੇਕਾ ਨਹੀਂ ਖੁੱਲ੍ਹਣ ਦੇਣਾ ਅਸੀਂ ਇੱਥੇ। ਜੋ ਮਰਜ਼ੀ ਕਰ ਲੈਣ, ਸਾਡੇ ਬੱਚੇ ਹੈਗੇ, ਰੋਜ਼ ਉਹਨਾਂ ਨੇ ਸਕੂਲਾਂ ਨੂੰ ਜਾਣਾ, ਇੱਥੇ ਤਾਂ ਰੋਜ਼ ਇੱਥੇ ਲੇਟੇ ਰਹਿਣਗੇ ਸ਼ਰਾਬਾਂ ਦੀਆਂ ਬੋਤਲਾਂ ਪੀ ਕੇ, ਤੇ ਫਿਰ ਕਿੱਦਾਂ ਆਉਣਾ ਜਾਣਾ ਹੋਊਗਾ? ਸਾਨੂੰ ਵੀ ਤਾਂ ਗੁਰਦੁਆਰਾ ਮੰਦਰ ਹੈਗਾ ਲਾਗੇ, ਇਸੇ ਰੋਡ ਤੇ ਮੰਦਰ ਵੀ ਹੈਗਾ, ਨਾਲ ਗੁਰਦੁਆਰਾ ਵੀ ਹੈਗਾ, ਮਹੱਲੇ ਦੇ ਵਿੱਚ ਮੰਦਰ ਹੈਗਾ। ਤੇ ਕਿੰਨੀ ਵਾਰ ਜਿਹੜੀ ਆ ਇਹ, ਤਿੰਨ ਚਾਰ ਪੰਜ ਵਾਰੀ ਹੋ ਗਿਆ ਹੈ। ਹਾਂ, ਚੌਂਕੀ ਵੀ ਜਾਇਆ, ਮੁੰਡੇ ਨੂੰ ਲੈ ਗਏ ਸੀ ਫੜ ਕੇ, ਉਹਦੇ ਪਿੱਛੇ ਦੋ ਤਿੰਨ ਵਾਰੀ ਉੱਥੇ ਜਾਇਆ। ਉਹਦਾ ਨਾਮ ਹੈ ਮਲਖਾ, ਇਹ ਦੁਬਾਰਾ ਫੇਰ ਆ ਜਾਂਦੇ ਹੈਗੇ। ਕੀ ਮੰਗ ਕੀ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਕਿ ਨਹੀਂ ਖੁੱਲ੍ਹਣ ਦੇਣਾ ਠੇਕਾ, ਨਹੀਂ ਖੁੱਲ੍ਹਣਾ ਵੀ ਨਹੀਂ ਚਾਹੀਦਾ, ਕਿਉਂਕਿ ਬੱਚੇ ਤੁਹਾਡੇ ਵੱਲੋਂ ਕੀ ਕਰ, ਅਸੀਂ ਖੁੱਲ੍ਹਣ ਨਹੀਂ ਦੇਣਾ, ਖੁੱਲ੍ਹਣ ਨਹੀਂ ਦੇਣਾ। ਜੋ ਮਰਜ਼ੀ ਹੋ ਜਾਵੇ ਅਸੀਂ ਨਹੀਂ। ਜੇਕਰ ਹੁਣ ਦੁਬਾਰਾ ਆਉਂਦੇ ਨੇ ਤਾਂ ਫਿਰ ਕੀ ਕਾਰਵਾਈ ਇਲਾਕਾ ਨਿਵਾਸੀ ਵੱਲੋਂ ਕੀਤੀ ਜਾਏ? ਇਹੀ ਕੁਛ, ਜੋ ਕੁਛ ਹੋ ਰਿਹਾ ਇਹੀ ਕੁਛ ਹੋਊਗਾ। ਬਾਹਰ ਤੋਂ ਜਿਹੜੇ ਧਰਨੇ ਪ੍ਰਦਰਸ਼ਨ, ਹਾਂ, ਅਸੀਂ ਰਸਤਾ ਰੋਕਣ ਨੂੰ ਖੜੇ ਸੀਗੇ, ਰੋਕੋ ਇੱਥੇ ਰਸਤਾ, ਲੰਘਣ ਨਹੀਂ ਦੇਣਾ ਕਿਸੇ ਨੂੰ ਵੀ, ਪਰ ਇਹ ਹਟਦੇ ਨਹੀਂ ਗੇ। ਇਲਾਕਾ ਨਿਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ, ਉਸ ਤੋਂ ਬਾਅਦ ਉਹ ਚਲੇ ਗਏ, ਸ਼ਾਂਤ ਹੋ ਗਏ? ਨਹੀਂ ਗਏ, ਮੁੜ ਕੇ ਫੇਰ ਆ ਜਾਂਦੇ ਆ, ਇਹ ਦੇਖ ਰਹੇ ਕੋਈ ਹੈ ਜਾਂ ਨਹੀਂ ਹੈ। ਉਹ ਆ ਕੇ ਫੇਰ ਇੱਥੇ ਇਹਨਾਂ ਨੂੰ ਨਾ ਕਬਜ਼ਾ ਕੱਸਣ ਲੱਗ ਜਾਂਦੇ ਆ, ਫਿਰ ਬੰਦੇ ਫੇਰ ਇਕੱਠੇ ਆ ਜਾਂਦੇ, ਮਹੱਲੇਦਾਰੀ ਆ। ਤੁਸੀਂ ਦੇਖ ਸਕਦੇ ਹੋ ਜਗ੍ਹਾ ਜਿੱਥੇ ਠੇਕਾ ਖੋਲਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਸੀ ਲਗਾਤਾਰ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਚਾਰ ਪੰਜ ਵਾਰ ਜਿਹੜਾ ਹੈ ਇਸ ਠੇਕੇ ਨੂੰ ਜਿਹੜਾ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜਿਹੜੇ ਲੋਕ ਨੇ ਉਹ ਦੁਬਾਰ ਤੋਂ ਇੱਥੇ ਆ ਕੇ ਠੇਕਾ ਖੋਲਣ ਦੀ ਦੁਬਾਰ ਤੋਂ ਪ੍ਰਯਾਸ ਕਰਦੇ ਨੇ, ਤੇ ਉਹਨਾਂ ਦੀ ਮੰਗ ਹੈ ਕਿ ਇੱਥੇ ਜਿਹੜਾ ਠੇਕਾ ਨਹੀਂ ਖੋਲਣ ਦਿੱਤਾ ਜਾਏਗਾ, ਕਿਉਂਕਿ ਇਸ ਇਲਾਕੇ ਦੇ ਵਿੱਚ ਜਿਹੜੇ ਨੇ ਧਾਰਮਿਕ ਸਥਾਨ, ਮੰਦਰ, ਗੁਰਦੁਆਰੇ, ਸਕੂਲ ਵੀ ਨੇ, ਜੇਕਰ ਇੱਥੇ ਠੇਕਾ ਖੁੱਲਦਾ ਹੈ ਤਾਂ ਜਿਹੜੇ ਸ਼ਰਾਬੀ ਨੂੰ ਇੱਥੇ ਹੀ ਲੇਟੇ ਰਹਿਣਗੇ, ਤੇ ਬੱਚਿਆਂ ਦੇ ਉੱਤੇ ਤੇ ਜਿਹੜੀਆਂ ਘਰ ਦੀਆਂ ਔਰਤਾਂ ਨੇ, ਬੱਚੇ ਨੇ, ਲੜਕੀਆਂ ਨੇ, ਉਹਨਾਂ ਤੇ ਬੁਰਾ ਪ੍ਰਭਾਵ ਪਏਗਾ। ਸੋ ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਇੱਥੇ ਜਿਹੜਾ ਠੇਕਾ ਨਹੀਂ ਖੋਲਣ ਦਿੱਤਾ ਜਾਵੇ। ਕੈਮਰਾ ਪਰਸਨ ਅਮਿਤ ਪਾਠਕ ਦੇ ਨਾਲ ਦੀਪਕ ਕਤਿਆਲ ਦਾ ਸਮਰ ਨਿਊਜ਼।